ये मेरा बेटा हानूर, एक नूर, नव नूर और वाइफ रोजी राणी। कुछ दिन तो तुसी देखिया सी कि कुछ बहुत घर दे विच बहुत बड़िया बड़िया घटनावां हो जांदियां, सो सारिया घर च ही हुंदियां, मेरे घर च नहीं हुई क्योंकि इहनू ज्यादा तूल मीडिया ने देता। सो बच्चे अपने घर च है, बच्चा दा घर है, वाइफ मेरी, मेरी बेटी, बच्चे सारे खुश आ ते अपने घर च बैठे आ। ते जेड़े जेड़े भी इस वीडियो नूं देखदे शेयर जरूर करी जायो क्योंकि अज असीं अपने परिवार दे विच बिलकुल खुश आ। ते जो भी मन दे विच कुछ कोई विचार सीगे ऐसे जेड़े भी घर दे विच कुछ घटनावां हो गईआं, सो ओ सारियां पुरानियां ओ मिट गईआं, दूरियां मिट गईआं। चलो बच्चियां छोटियां जेड़ियां रोजी तों छोटियां आ, कोई नहीं ओ भी बच्चे आ साडे, ते गलतियां हर एक हो जांदियां, जां मेरे कोलों हुई जां उहनां कोलों हुई आ। असीं इक परिवार आ ते सारे असीं इकट्ठे आ, ते कुछ शरारती अंसर जेड़े आ पुरानियां वीडियो जो साडे घर तों लीक होईआं ਉਹ ਵੀਡੀਓ ਪਾ ਰਹੇ ਆ, ਤੇ ਉਹਦਾ ਤੇ ਗੌਰ ਨਾ ਕੀਤਾ ਜਾਵੇ ਕਿਉਂਕਿ ਉਹ ਪੁਰਾਣੀਆਂ ਆ, ਉਹ ਮਹਿਲਾ ਕਮਿਸ਼ਨ ਦੇ ਉਸ ਵੀਡੀਓ ਨੂੰ ਅਸੀਂ ਦੱਸ ਚੁੱਕੇ ਆ, ਕਾਨੂੰਨ ਦੀ ਨਿਗਾਹ ਦੇ ਵਿੱਚ ਉਹ ਵੀਡੀਓ ਹੈਗੀ ਆ, ਪਰ ਉਹਨੂੰ ਤੋੜ ਮਰੋੜ ਕੇ ਐਡਿਟ ਕਰਕੇ ਦੁਬਾਰਾ ਮੇਰਾ ਅਕਸ਼ ਖਰਾਬ ਕਰਨਾ ਚਾਹੁੰਦੇ ਆ। ਕੁਛ ਲੋਕ ਹੈਗੇ ਆ ਜਿਨ੍ਹਾਂ ਨੇ ਕੋਈ ਵੀ ਵੀਡੀਓ ਜਦੋਂ ਪਾਉਂਦਾ ਤੁਸੀਂ ਉਹਦੇ ਤੇ ਧਿਆਨ ਨਾ ਦਿਓ, ਤੇ ਬਾਕੀ ਅਸੀਂ ਆਪਣੇ ਪਰਿਵਾਰ ਦੇ ਵਿੱਚ ਬਿਲਕੁਲ ਖੁਸ਼ ਆ, ਬੱਚੇ ਮੇਰੇ ਖੁਸ਼ ਆ, ਵਾਈਫ ਆਪਣੇ ਘਰ ਚ ਬੈਠੇ ਆ। ਸੋ ਇਹਨਾਂ ਦਾ ਘਰ ਆ, ਮੈਂ ਇਹਨਾਂ ਲਈ ਕਮਾਉਣਾ, ਜ਼ਿੰਦਗੀ ਇਹਨਾਂ ਦੇ ਨਾਂ ਤੇ ਆ। ਤੇ ਸ਼ੇਅਰ ਜ਼ਰੂਰ ਕਰੀ ਜਾਇਓ, ਤੇ ਦੋ ਚਾਰ ਗੱਲਾਂ ਮੇਰੀ ਵਾਈਫ ਕਰੂਗੀ ਤੇ ਲਾਗੇ ਲੈ ਗਾ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਬੀਤੇ ਦਿਨ ਜੋ ਵੀ ਸਾਡੇ ਪਰਿਵਾਰ ਵਿੱਚ ਹੋਇਆ, ਚਲੋ ਜੋ ਹਰ ਪਰਿਵਾਰ ਦੇ ਵਿੱਚ ਹੁੰਦਾ ਆ, ਸਾਡੇ ਨਾਲ ਵੀ ਹੋਇਆ, ਉਹਦੇ ਵਿੱਚ ਸਾਡੇ ਵੀ ਕਿਸੇ ਵੀ ਰਿਸ਼ਤੇਦਾਰ ਭੈਣ ਭਰਾ ਦਾ ਕੋਈ ਵੀ ਰੋਲ ਨਹੀਂ ਹੈਗਾ। ਸਾਡੇ ਆਪਸ ਦੀਆਂ ਕੁਛ ਮਿਸਅੰਡਰਸਟੈਂਡਿੰਗ ਸੀ ਜੋ ਅਸੀਂ ਬੈਠ ਕੇ ਹੁਣ ਸੋਲਵ ਕਰ ਲਈਆਂ, ਤੇ ਤੁਸੀਂ ਅੱਗੇ ਵੀ ਸਾਰਿਆਂ ਨੇ ਸਾਡਾ ਸਾਥ ਦਿੱਤਾ ਆ, ਤੇ ਹੁਣ ਅਸੀਂ ਚਾਹੁੰਦੇ ਹਾਂ ਕਿ ਸਾਡੇ, ਤੁਸੀਂ ਸਾਰੇ ਕਹਿੰਦੇ ਵੀ ਅਸੀਂ ਇੱਕ ਹੋਈਏ, ਸਾਡਾ ਪਰਿਵਾਰ ਇੱਕ ਹੋਵੇ, ਤੇ ਅਸੀਂ ਚਾਹੁੰਦੇ ਹਾਂ ਕਿ ਇੱਦਾਂ ਹੀ ਤੁਸੀਂ ਜੇ ਹੁਣ ਕੁਛ ਇੱਦਾਂ ਦਾ ਤੁਹਾਨੂੰ ਦੇਖਣ ਲਈ ਕੁਛ ਵੀ ਮਿਲਦਾ ਆ ਤਾਂ ਤੁਸੀਂ ਉਹ ਤੇ ਗੌਰ ਨਾ ਕਰੋ, ਤੁਸੀਂ ਸਾਨੂੰ ਸਪੋਰਟ ਕਰੋ ਕਿ ਅਸੀਂ ਇਹ ਪਰਿਵਾਰ ਇੱਕ ਹੋ ਸਕੀਏ। ਅਸੀਂ ਇੱਕ ਤਾਂ ਹੋ ਸਕਦੇ ਹਾਂ ਵੀ ਜੇ ਤੁਸੀਂ ਆਉਣ ਵਾਲੇ ਸਮੇਂ 'ਚ ਕੋਈ ਵੀ ਇੱਦਾਂ ਦੀ ਚੀਜ਼ ਦੇ ਕੇ ਉਹ 'ਤੇ ਰਿਐਕਟ ਨਹੀਂ ਕਰਦੇ ਨਾ, ਨਹੀਂ ਤਾਂ ਸਾਡੇ ਪਰਿਵਾਰ 'ਚ ਫਿਰ ਵੀ ਉਸੇ ਤਰ੍ਹਾਂ ਇਹ ਪ੍ਰੋਬਲਮਸ ਬਣੀਆਂ ਰਹੂਗੀਆਂ ਨਾ, ਤੇ ਤੁਸੀਂ ਉਹਨਾਂ ਚੀਜ਼ਾਂ ਤੇ ਕੋਈ ਗੌਰ ਨਹੀਂ ਕਰਨੀ। ਤੁਸੀਂ ਆਪਣੇ ਪਰਿਵਾਰ 'ਚ, ਆਪਣੇ ਬੱਚਿਆਂ 'ਚ, ਦੋਨੇ ਹਸਬੈਂਡ ਵਾਈਫ ਜੋ ਵੀ ਤੁਸੀਂ ਪੁਰਾਣੇ ਵੀਡੀਓ ਵਗੈਰਾ ਜੋ ਵੀ ਹੁਣ ਲੀਕ ਕੋਈ ਕਰ ਰਿਹਾ ਆ, ਤੁਸੀਂ ਉੱਤੇ ਗੌਰ ਨਹੀਂ ਕਰਨਾ। ਜੋ ਸਮਾਂ ਬੀਤ ਜਾਂਦਾ ਉੱਤੇ ਤੁਸੀਂ ਉਹਨੂੰ ਆਪਾਂ ਵਾਪਸ ਨਹੀਂ ਲਿਆ ਸਕਦੇ, ਜੋ ਵੀ ਹੋ ਗਿਆ ਉਹਨੂੰ ਤੁਸੀਂ ਕਿਸੇ ਨੇ ਧਿਆਨ ਨਹੀਂ ਦੇਣਾ ਹੈਗਾ, ਤੇ ਤੁਸੀਂ ਸਾਡੇ ਆਉਣ ਵਾਲੇ ਜੀਵਨ ਲਈ ਤੁਸੀਂ ਦੁਆਵਾਂ ਕਰਨੀਆਂ ਕਿ ਅਸੀਂ ਸਾਰੇ ਇੱਦਾਂ ਹੀ ਹਮੇਸ਼ਾ ਇਕੱਠੇ ਰਹੀਏ। ਤੇ ਦੁਬਾਰਾ ਫਿਰ ਮੈਂ ਬੇਨਤੀ ਕਰਦਾ ਜਿੰਨੇ ਵੀ ਇਸ ਵੀਡੀਓ ਨੂੰ ਦੇਖਦੇ ਆ, ਅਸੀਂ ਆਪਣੇ ਘਰ 'ਚ ਬੈਠੇ ਆ, ਤੇ ਵੀ ਕੋਈ ਸ਼ਰਾਰਤੀ ਅੰਸਰ ਹੈਗੇ ਆ ਜਿਹੜੇ ਕਿ ਅਜੇ ਵੀ ਪੁਰਾਣੀਆਂ ਵੀਡੀਓ ਚੱਕ ਚੱਕ ਕੇ ਐਡਿਟ ਕਰ ਕਰਕੇ, ਕਿਉਂਕਿ ਸਾਨੂੰ ਆ ਗਈਆਂ ਵੀਡੀਓ, ਕਿਉਂਕਿ ਅਸੀਂ ਆਪਣੇ ਪਰਿਵਾਰ 'ਚ ਖੁਸ਼ ਹਾਂ, ਪੁਰਾਣੀਆਂ ਵੀਡੀਓ ਹੈਗੇ ਆ, ਕਿਉਂਕਿ ਹਰ ਘਰ ਦੇ ਵਿੱਚ ਕੋਈ ਨਾ ਕੋਈ ਜ਼ਰੂਰ ਘਟਨਾਵਾਂ ਹੁੰਦੀਆਂ, ਅਤੇ ਜ਼ਰੂਰ ਇੱਕ ਦੂਸਰੇ ਨਾਲ ਲੜਾਈ ਬਹਿਸ ਵਸਈਆ ਜ਼ਰੂਰ ਹੁੰਦਾ ਹੈ। ਸੋ ਮੈਂ ਆਪਣੇ ਬੱਚਿਆਂ ਨੂੰ, ਪਰਿਵਾਰ ਨੂੰ ਬਹੁਤ ਪਿਆਰ ਕਰਦਾ, ਅਤੇ ਕਿਸੇ ਲਈ ਵੀ ਮੇਰੇ ਬੱਚਿਆਂ ਤੋਂ ਜਾਂ ਮੇਰੇ ਕੋਲੋਂ ਕੁਛ ਕਹਿ ਹੋ ਗਿਆ ਹੋਵੇ ਉਹਦੇ ਲਈ ਮੈਂ ਮਾਫ਼ੀ ਚਾਹੁੰਦਾ। ਅਤੇ ਬਾਕੀ ਵੀਡੀਓ ਜਿਹੜੀ ਆ, ਇਸ ਕਰਕੇ ਮੈਂ ਦੁਬਾਰਾ ਗੱਲ ਕਰ ਰਿਹਾ, ਨਾਲ ਨਾਲ ਸ਼ੇਅਰ ਕਰੀ ਜਾਇਓ, ਕਿਉਂਕਿ ਕੁਛ ਸ਼ਰਾਰਤੀ ਅੰਸਰ ਜਿਹੜੇ ਆ ਮੇਰੇ ਨਾਲ ਰਹਿ ਰਹਿ ਕੇ ਉਹ ਮੇਰੀਆਂ ਵੀਡੀਓ, ਮੇਰੇ ਅਕਸ਼ ਨੂੰ, ਮੇਰੀ ਗਾਇਕੀ ਨੂੰ, ਮੇਰੇ ਕੈਰੀਅਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ। ਉਹ ਵੀਡੀਓ ਐਡਿਟ ਕਰ ਕਰਕੇ ਦੁਬਾਰਾ ਪਾ ਰਹੇ ਆ, ਕਿਉਂਕਿ ਉਹ ਪੁਰਾਣੀਆਂ ਵੀਡੀਓ ਆ ਜਿਹੜੀਆਂ ਕਿ ਕਾਨੂੰਨ ਨੂੰ ਅਸੀਂ ਦੱਸ ਚੁੱਕੇ ਹਾਂ, ਅਤੇ ਮਹਿਲਾ ਕਮਿਸ਼ਨ ਨੂੰ ਵੀ ਅਸੀਂ ਦੱਸ ਚੁੱਕੇ ਹਾਂ, ਉਹਦਾ ਕੋਈ ਵੀ ਰੌਲਾ ਨਹੀਂ ਹੈਗਾ। ਕੋਈ ਵੀ ਤੁਸੀਂ ਵੀਡੀਓ ਦੇਖਦੇ ਹੋ ਉੱਤੇ ਜ਼ਿਆਦਾ ਗੌਰ ਨਾ ਕਰਿਓ, ਕਿਉਂਕਿ ਉਹ ਪੁਰਾਣੀਆਂ ਵੀਡੀਓ ਹੈ ਅਤੇ ਲੋਕ ਐਡਿਟ ਕਰ ਕਰਕੇ ਮੇਰਾ ਅਕਸ਼ ਖਰਾਬ ਕਰਨਾ ਚਾਹੁੰਦੇ ਆ। ਹੱਥ ਜੋੜ ਕੇ ਬੇਨਤੀ ਹੈ ਵੀ ਇਹ ਸਾਡਾ ਪਰਿਵਾਰ ਹੁਣ ਟੁੱਟੇ ਨਾ, ਅਤੇ ਤੁਸੀਂ ਵੀਡੀਓ ਕੋਈ ਵੀ ਆਉਂਦੀ ਆ ਉਹਨਾਂ ਨੂੰ ਤੁਸੀਂ ਜ਼ਰੂਰ ਠੋਕਵਾਂ ਜਵਾਬ ਦਿਓ ਕਿ ਇਹ ਵੀਡੀਓ ਦਾ ਹਾਈ ਕਮਿਸ਼ਨ ਨੂੰ, ਕਾਨੂੰਨ ਨੂੰ ਅਸੀਂ ਦੱਸ ਚੁੱਕੇ ਹਾਂ ਵੀ ਇਹ ਵੀਡੀਓ ਸਾਡੇ ਘਰ 'ਚੋਂ ਲੀਕ ਹੋ ਗਈ ਆ। ਹਰ ਘਰ ਦੇ ਵਿੱਚ ਲੜਾਈਆਂ ਹੁੰਦੀਆਂ, ਅਸੀਂ ਬਿਲਕੁਲ ਠੀਕ ਆ ਆਪਣੇ ਬੱਚਿਆਂ ਦੇ ਵਿੱਚ, ਆਪਣੇ ਪਰਿਵਾਰ 'ਚ, ਘਰ 'ਚ ਬੈਠੇ ਹਾਂ। ਸੋ ਮੇਰੀ ਜ਼ਿੰਦਗੀ ਆ, ਮੇਰੇ ਬੱਚੇ, ਮੇਰੀ ਵਾਈਫ, ਅਸੀਂ ਅੱਜ ਇਸ ਕਰਕੇ ਲਾਈਵ ਹੋਇਆ ਤਾਂ ਕਿ ਜੋ ਲੋਕਾਂ ਦੇ ਦਿਲਾਂ ਦੇ ਵਿੱਚ ਕੋਈ ਵੀ ਕੋਈ ਗੱਲ ਹੈਗੀ ਆ ਉਹ ਨਿਕਲ ਜਾਵੇ। ਅਤੇ ਵੀਡੀਓ ਦਾ ਸਾਨੂੰ ਬਹੁਤ ਦੁੱਖ ਆ, ਕਿਉਂਕਿ ਵੀਡੀਓ ਲੀਕ ਹੋਈਆਂ, ਇਹ ਘਰੋਂ ਹੀ ਹੋਈਆਂ ਜਾਂ ਕਿਹਨੇ ਕੀਤੀਆਂ
ਉਹ ਜਿਹਨੇ ਵੀ ਕੀਤੀਆਂ ਉਸ ਵੀਰ ਨੂੰ ਮੇਰੀ ਬੇਨਤੀ ਹੈ ਹੱਥ ਜੋੜ ਕੇ ਵੀ ਉਹ ਮੇਰਾ ਅਕਸ਼ ਖਰਾਬ ਨਾ ਕਰੇ ਕਿਉਂਕਿ ਉਸ ਵੀਡੀਓ ਦਾ ਅਸੀਂ ਪਹਿਲਾਂ ਹੀ ਕਾਨੂੰਨ ਨੂੰ ਦੱਸ ਚੁੱਕੇ ਹਾਂ ਤੇ ਉਹਦਾ ਕੋਈ ਅਸਰ ਨਹੀਂ ਹੋਣਾ ਕਿਸੇ ਦੇ ਵੀ। ਤੁਸੀਂ ਦੁਬਾਰਾ ਐਡਿਟ ਕਰਕੇ ਉਹ ਵੀਡੀਓ ਨੂੰ ਨਾ ਚਲਾਓ, ਜਿਹੜੀ ਵੀ ਵੀਡੀਓ ਕੋਈ ਆਉਂਦੀ ਆ ਉਹਨੂੰ ਇਗਨੋਰ ਕਰ ਦਿਓ ਤੇ ਠੋਕਮਾ ਜਵਾਬ ਦੇ ਦਿਓ, ਕਿਉਂਕਿ ਇਸ ਵੀਡੀਓ ਨੂੰ ਜਿਹੜੀਆਂ ਮੇਰੇ ਘਰ ਚੋਂ ਗਈਆਂ ਜਾਂ ਕੋਈ ਵੀ ਹੈਗਾ ਉਹ ਵੀਡੀਓ ਅਸੀਂ ਕਾਨੂੰਨ ਨੂੰ ਦੱਸ ਚੁੱਕੇ ਹਾਂ ਤੇ ਬਹੁਤ ਬਹੁਤ ਧੰਨਵਾਦ। ਕੋਈ ਵੀ ਵੀਡੀਓ ਆਉਂਦੀ ਆ ਤੁਸੀਂ ਉੱਤੇ ਗੌਰ ਨਾ ਕਰਿਓ, ਹੱਥ ਜੋੜ ਕੇ ਬੇਨਤੀ ਆ, ਕਿਉਂਕਿ ਮੈਂ ਤੁਹਾਡੇ ਲਈ ਗਾਉਣਾ, ਕਿਉਂਕਿ ਪਬਲਿਕ ਲਈ ਮੈਂ ਗਾਇਕ ਆ, ਮੈਂ ਪਹਿਲਾਂ ਤੁਹਾਡਾ ਆ ਬਾਅਦ ਚ ਪਰਿਵਾਰ ਦਾ, ਪਰਿਵਾਰ ਦਾ ਸਾਥ ਮੇਰੇ ਲਈ ਬੜਾ ਜ਼ਰੂਰੀ ਆ, ਬੱਚੇ ਮੇਰੇ ਬਹੁਤ ਅੱਛੇ ਆ, ਸੋ ਮਨ ਤੇ ਕੋਈ ਵੀ ਬੋਝ ਸੀਗਾ ਉਹ ਨਿਕਲ ਗਿਆ ਤੇ ਮੈਂ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦਾ, ਇਹ ਰੱਜ ਕੇ ਪੜ੍ਹਨ, ਹੱਸਣ ਖੇਡਣ, ਨੱਚਣ ਟੱਪਣ ਜੋ ਮਰਜ਼ੀ ਕਰਨ, ਕਿਉਂਕਿ ਮੇਰੀ ਜ਼ਿੰਦਗੀ ਇਹਨਾਂ ਦੇ ਲੇਖੇ ਹੈ। ਹਰ ਪਰਿਵਾਰ ਪਰਮਾਤਮਾ ਖੁਸ਼ ਰੱਖੇ, ਕਿਉਂਕਿ ਬੱਚਿਆਂ ਨੂੰ ਮੈਂ ਬਹੁਤ ਪਿਆਰ ਕਰਦਾ, ਸਾਰਿਆਂ ਦਾ ਸਤਿਕਾਰ ਕਰਦਾ ਤੇ ਦੁਬਾਰਾ ਫਿਰ ਮੈਂ ਬੇਨਤੀ ਕਰਦਾ ਕਿ ਜਿਹੜੀ ਵੀਡੀਓ ਕੋਈ ਵੀ ਲੀਕ ਹੋਈ ਹੈ ਜਾਂ ਕੋਈ ਕਰਦਾ ਉਹ ਪੁਰਾਣੀ ਵੀਡੀਓ ਹੈ, ਮੇਰਾ ਅਕਸ਼ ਖਰਾਬ ਕਰਨ ਲਈ ਉਹ ਵੀਡੀਓ ਪਾਈ ਹੈ, ਜਦੋਂ ਵੀ ਕੋਈ ਤੁਹਾਡੇ ਸਾਹਮਣੇ ਕੋਈ ਵੀ ਵੀਡੀਓ ਆਉਂਦੀ ਹੈ ਤੇ ਉਹਦਾ ਤੁਸੀਂ ਠੋਕਵਾਂ ਜਵਾਬ ਦੇ ਦਿਓ, ਕਿਉਂਕਿ ਬਹੁਤ ਲੋਕ ਹੈ ਜਿਹੜੇ ਘਰ ਨੂੰ ਜੋੜਨਾ ਨਹੀਂ ਚਾਹੁੰਦੇ, ਉਹ ਤੋੜਨਾ ਚਾਹੁੰਦੇ, ਸਾਨੂੰ ਟੁੱਟਿਆ ਦੇਖਣਾ ਚਾਹੁੰਦੇ ਆ, ਤੇ ਇਸ ਗੱਲ ਤੇ ਗੌਰ ਨਾ ਕਰਿਓ। ਕੋਈ ਵੀ ਵੀਡੀਓ ਹੁਣ ਆਉਂਦੀ ਹੈ ਉਹ ਵੀਡੀਓ ਸਾਰੀਆਂ ਅਸੀਂ ਕਾਨੂੰਨ ਨੂੰ ਦੇ ਚੁੱਕੇ ਆ, ਦੱਸ ਚੁੱਕੇ ਆ, ਉਹਦਾ ਫੈਸਲਾ ਹੋ ਚੁੱਕਾ ਆ, ਅਸੀਂ ਆਪਣੇ ਘਰ ਚ ਬਿਲਕੁਲ ਠੀਕ ਠਾਕ ਆ। ਬਹੁਤ ਬਹੁਤ ਧੰਨਵਾਦ, ਇਸ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਅਸੀਂ ਆਪਣੇ ਪਰਿਵਾਰ ਦੇ ਵਿੱਚ ਖੁਸ਼ ਰਹਿ ਸਕੀਏ ਤੇ ਮੈਂ ਅਗਾਂਹ ਪ੍ਰੋਗਰਾਮ ਵੀ ਕਰ ਰਿਹਾ, ਮੇਰਾ ਪ੍ਰੋਗਰਾਮ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਇੰਗਲੈਂਡ ਦੇ ਵਿੱਚ ਵੀ ਐਸੇ ਲੋਕ ਬੈਠੇ ਜਿਹੜੇ ਵੀਡੀਓ ਨੂੰ ਬਹੁਤ ਸ਼ੇਅਰ ਕਰ ਰਹੇ ਆ ਤੇ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਵੀ ਉਹ ਪੁਰਾਣੀ ਵੀਡੀਓ ਆ ਉਹਦਾ ਕੋਈ ਅਸਰ ਨਹੀਂ ਹੋਣਾ ਤੇ ਪ੍ਰਮਾਤਮਾ ਬੈਠਾ ਉਹ ਤੁਹਾਨੂੰ ਵੀ ਸਜ਼ਾ ਜ਼ਰੂਰ ਦਊਗਾ, ਤੁਸੀਂ ਕਿਸੇ ਦਾ ਘਰ ਖਰਾਬ ਕਰ ਰਹੇ ਹੋ, ਇਹ ਦੁਬਾਰਾ ਐਡਿਟ ਕਰਕੇ ਜੋ ਤੁਸੀਂ ਮੇਰਾ ਅਕਸ਼ ਖਰਾਬ ਕਰ ਰਹੇ ਆ ਇਹ ਨਹੀਂ ਹੋਊਗਾ, ਕਿਉਂਕਿ ਪਬਲਿਕ ਬਹੁਤ ਪਿਆਰ ਕਰਦੀ ਆ ਮੈਨੂੰ ਵੀ, ਮੈਂ ਵੀ ਕਰਦਾ ਤੇ ਬੱਚੇ ਠੀਕ ਆ, ਆਪਣੇ ਪਰਿਵਾਰ ਦੇ ਵਿੱਚ ਅਸੀਂ ਖੁਸ਼ ਆ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ, ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਬਾਏ ਬਾਏ ਕਰਦੇ ਬੱਚਿਆਂ ਨੂੰ।